ਏਰੀਆ ਤੋਂ ਇਸ ਵਕਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਿਲ ਮੈਨੇਜਮੈਂਟ ਅਤੇ ਪ੍ਰਸ਼ਾਸਨ ਨਾਲ 2 ਘੰਟੇ ਗੱਲਬਾਤ ਕਰਨ ਤੋਂ ਬਾਅਦ ਜਦ ਕੋਈ ਸਿੱਟਾ ਨਹੀਂ ਨਿਕਲਦਾ ਤੇ ਕਿਸਾਨਾਂ ਵੱਲੋਂ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਂਦਾ ਆ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਤਨਾਮ ਸਿੰਘ ਬਾਗੜੀਆ ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਪੰਜਾਬ ਪ੍ਰਧਾਨ ਮੌਜੂਦ ਨੇ ਸਤਨਾਮ ਜੀ ਅੰਦਰ ਗੱਲਬਾਤ ਚੱਲਦੀ ਕਾਫੀ ਸਮਾਂ ਕੋਈ ਸਿੱਟਾ ਨਹੀਂ ਨਿਕਲਦਾ ਤੁਹਾਡੇ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਕੀ ਕਾਰਨ ਹੈ ਕਿ ਕੋਈ ਅਜੇ ਗੱਲਬਾਤ ਅੰਦਰ ਕੁਝ ਬਣੀ ਨਹੀਂ ਅਸਲ 'ਚ ਕਈ ਦਿਨਾਂ ਤੋਂ ਇਹ ਕਸਮ ਖਸ ਚੱਲ ਰਹੀ ਹੈ ਜ਼ਿਮੀਂਦਾਰਾਂ ਦੀ ਵੀ ਜਿਹੜੀ ਮਿਲ ਆ ਮਿਲ ਸਰਕਾਰ ਨੇ ਮੰਨਿਆ ਸੀ ਕਿਉਂਕਿ ਪਹਿਲੀਆਂ ਮੀਟਿੰਗਾਂ ਦਾ ਮੈਂ ਹਵਾਲਾ ਤੁਹਾਨੂੰ ਦੇ ਦਿਆਂ ਪਿਛਲੇ ਸਾਲ ਜਿਹੜੀ ਸਾਡੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਮੰਨਿਆ ਸੀ ਵੀ 5 ਨਵੰਬਰ ਨੂੰ ਜਿਹੜੀਆਂ ਮਿਲਾਂ ਚੱਲ ਜਾਇਆ ਕਰਨਗੀਆਂ ਤੇ ਤੁਹਾਡੀ ਰਿਕਵਰੀ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ ਕਿਉਂਕਿ ਕੋਈ ਵੀ ਗੰਨਾ ਜਦੋਂ ਕੋਈ ਵਿਗਿਆਨੀ ਕੱਢਦਾ ਉਹਦੇ ਵਿੱਚ ਇਹ ਗੱਲ ਹੁੰਦੀ ਆ ਵੀ ਜਿਹੜਾ ਅਕਤੂਬਰ ਲਾਸਟ ਤੇ ਨਵੰਬਰ ਦੇ ਪਹਿਲੇ ਹਫਤੇ ਜਿਹੜਾ ਗੰਨਾ ਤਿਆਰ ਹੋਏ ਉਹ ਅਰਲੀ ਵੈਰਾਈਟੀ 'ਚ ਮੰਨਿਆ ਜਾਂਦਾ ਇਹ ਸਰਕਾਰੀ ਅੰਕੜੇ ਨੇ ਤੇ ਜਦੋਂ ਹੁਣ ਮਹੀਨਾ ਪੂਰਾ ਬੀਤ ਜਾਣ ਦੇ ਬਾਵਜੂਦ ਧਰਨਾ ਲਾਉਣ ਦੇ ਬਾਵਜੂਦ ਮਿਲਾਂ ਨਹੀਂ ਚੱਲੀਆਂ ਤੇ ਫਿਰ ਸਾਡੇ ਕੋਲ ਰਸਤਾ ਕਿਹੜਾ ਰਹਿ ਜਾਂਦਾ ਇਹਨਾਂ ਨੇ ਟਵੀਟ ਕਰਕੇ ਕਈ ਕਿਸਾਨਾਂ ਨੂੰ ਬਦਨਾਮ ਕੀਤਾ ਵੀ ਇਹ ਜਾਣ ਬੁੱਝ ਕੇ ਸੜਕ 'ਤੇ ਆਉਂਦੇ ਨੇ ਅਸੀਂ ਸਰਕਾਰ ਦੀ ਗੱਲ ਹੀ ਮੰਨ ਲਈਏ ਅਤੇ ਇਹਨਾਂ ਨੇ ਕਿਹਾ ਸੀ ਵੀ 21 ਤਰੀਕ ਨੂੰ ਮਿਲਾਂ ਤੁਹਾਡੀਆਂ ਚਾਲੂ ਹੋ ਜਾਣਗੀਆਂ ਤੁਸੀਂ ਨਿਸ਼ਚਿੰਤ ਰਹੋ ਅਤੇ 21 ਤਰੀਕ ਨੂੰ ਕੋਈ ਗੱਲਬਾਤ ਨਹੀਂ ਹੋਈ ਉਦੋਂ ਤੋਂ ਅੱਜ ਤੱਕ ਮਿਲ ਕੋਈ ਨਹੀਂ ਚੱਲੀ 22 ਤਰੀਕ ਨੂੰ ਜਿਹੜਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹਦੀ ਪੰਜਾਬ ਸਰਕਾਰ ਦੇ 3 ਮੰਤਰੀਆਂ ਦਾ ਮੀਟਿੰਗ ਸੀ ਉਹਨਾਂ ਨੇ ਇੰਨੀ ਗੱਲ ਕਹੀ ਵੀ 23 ਤਰੀਕ ਨੂੰ ਅਸੀਂ ਮਿਲ ਚਲਾ ਦਿਆਂਗੇ 23 ਤਰੀਕ ਤੋਂ ਬਾਅਦ ਮਿਲ ਨਹੀਂ ਚੱਲੀ ਬਾਅਦ 'ਚ ਫਿਰ ਕਿਸਾਨਾਂ ਨੇ ਸਵਾਲ ਕੀਤਾ ਉਹਨਾਂ ਨੇ ਇੰਨੀ ਗੱਲ ਕਹੀ ਵੀ ਵਿਧਾਨ ਸਭਾ ਦਾ ਸੈਸ਼ਨ 28 ਅਤੇ 29 ਨੂੰ ਚੱਲੇਗਾ ਜੀ ਆਪਾਂ ਉਦਣ ਹੀ ਅਨਾਊਂਸ ਕਰਦੇ ਰੇਟ ਵੀ ਅਨਾਊਂਸ ਹੋ ਜੂਗਾ ਅਤੇ ਨੋਟੀਫਿਕੇਸ਼ਨ ਵੀ ਜਾਰੀ ਹੋ ਜੂਗਾ 28-29 ਲੰਘੀ ਹੁਣ ਅੱਜ ਜਿਹੜੀ ਗੱਲ ਇਹ ਆ ਗਈ ਆ ਵੀ 2 ਤਰੀਕ ਨੂੰ ਅਸੀਂ ਜਿਹੜਾ ਉਹ ਮਿਲਾਂ ਵੀ ਚਲਾ ਦਿਆਂਗੇ ਅਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿਆਂਗੇ ਜੇ ਪੰਜਾਬ ਸਰਕਾਰ ਜਿਹੜੀ ਆ ਜੇ ਉਹਦੇ ਦਿਲ 'ਚ ਬੇਈਮਾਨੀ ਮਨ 'ਚ ਬੇਈਮਾਨੀ ਆ ਅਤੇ ਜਿਹੜੇ ਵਿਚਾਰੇ ਅਗਲੇ ਜ਼ਿਲ੍ਹੇ ਦੇ ਅਫਸਰ ਨੇ ਉਹਨਾਂ ਦੀ ਪਾਵਰ ਕੀ ਆ ਉਹ ਸਾਡੇ ਵਰਗੇ ਨੇ ਸਾਡੇ ਭਰਾ ਨੇ ਉਹ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਜੇ ਸਰਕਾਰ ਦੀ ਬੇਈਮਾਨੀ ਦੇ ਵਿੱਚ ਇਹ ਵਿਚਾਰੇ ਪੀਸ ਰਹੇ ਨੇ ਜੋ ਸਰਕਾਰ ਦਾ ਉੱਤੋਂ ਹੁਕਮ ਆਉਂਦਾ ਸਾਨੂੰ ਕਹਿ ਦਿੰਦੇ ਨੇ ਉਹ ਮੰਨਣ ਯੋਗ ਨਹੀਂ ਸਾਡੇ ਅਸੀਂ ਸਵੇਰ ਦੇ ਆ ਕੇ ਇੱਥੇ ਬੈਠੇ ਸੀ ਸਾਨੂੰ ਇਹਨਾਂ ਨੇ ਕਿਹਾ ਸੀ 12 ਵਜੇ ਤੱਕ ਤੁਸੀਂ ਸਾਡੀ ਵੇਟ ਕਰ ਲਓ ਤੁਸੀਂ ਰੋਡ ਨਾ ਡੱਕਿਓ ਤੁਹਾਡਾ ਸਾਰਾ ਜਿਹੜਾ ਵਾ ਹੱਲ ਕੱਢ ਕੇ ਦੇ ਦਿਆਂਗੇ ਪਰ ਕੋਈ ਹੱਲ ਨਹੀਂ ਨਿਕਲਿਆ ਹੁਣ ਹਾਰ ਕੇ 1 ਵਜੇ ਜਿਹੜਾ ਵਾ ਕਿਸਾਨਾਂ ਨੇ ਆ ਕੇ ਰੋਡ ਜਾਮ ਕੀਤਾ ਵਾ ਜਿਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਕਿਸਾਨਾਂ ਦੇ ਵਿੱਚ ਕੋਈ ਰੋਲ ਨਹੀਂ ਸਤਨਾਮ ਸਿੰਘ ਜੀ ਹੁਣ ਕੀ ਤੁਹਾਡਾ ਹੈਗਾ ਵਿਚਾਰ ਕਿੰਨਾ ਚਿਰ ਰੋਡ ਤੁਸੀਂ ਜਾਮ ਰੱਖੋਗੇ ਅਤੇ ਉਸ ਤੋਂ ਅੱਗੇ ਕੀ ਕਰੋਗੇ ਸਾਡਾ ਤਾਂ ਜਿੰਨਾ ਚਿਰ ਮਿਲਾਂ ਨਹੀਂ ਚੱਲਦੀਆਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਸਾਡਾ ਜਿਹੜਾ ਗੰਨਾ ਖਰਾਬ ਹੋਇਆ 238 ਵੈਰਾਈਟੀ ਉਹਦਾ ਮੁਆਵਜ਼ਾ ਸਾਨੂੰ ਨਹੀਂ ਮਿਲਦਾ ਸਾਡੇ ਸਰਕਾਰ ਕੋਈ ਨੋਟੀਫਿਕੇਸ਼ਨ 'ਚ ਗੱਲ ਜਿੰਨਾ ਚਿਰ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਧਰਨਾ ਇੱਥੋਂ ਉੱਠਣ ਵਾਲਾ ਨਹੀਂ ਇਹ ਤੋਂ ਵਧਵਾਂ ਹੀ ਪ੍ਰੋਗਰਾਮ ਜਿਹੜਾ ਦਿੱਤਾ ਜਾਊਗਾ ਕਿਉਂਕਿ ਸਾਰੀਆਂ ਜਥੇਬੰਦੀਆਂ ਹੁਣ ਇੱਕ ਮੰਚ 'ਤੇ ਇਕੱਠੀਆਂ ਹੋ ਗਈਆਂ ਨੇ ਅਤੇ ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਵੱਲ ਨੂੰ ਮਸਲਾ ਚੱਲੇ ਜਾਵੇ ਕਿਉਂਕਿ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਡਾਇਵਰਸੀਫਿਕੇਸ਼ਨ ਦਾ ਰੌਲਾ ਪਾਉਂਦੀ ਸਰਕਾਰ ਕਿ ਤੁਸੀਂ ਝੋਨੇ ਦੀ ਖੇਤੀ 'ਚੋਂ ਨਿਕਲੋ ਬਾਹਰ ਪਾਣੀ ਬਚਾਈਏ ਅਤੇ ਗੰਨਾ ਇੱਕੋ ਇੱਕ ਮਾਧਿਅਮ ਆ ਜਿਹੜਾ ਪਾਣੀ ਬਚਾਉਣ ਦਾ ਜੇ ਅਸੀਂ ਇਹੋ ਖੇਤੀ ਨੂੰ ਮਾਰ ਦਿੱਤਾ ਕਿਸਾਨ ਮਾਰ ਦਿੱਤੇ ਤਾਂ ਫਿਰ ਜਿਹੜਾ ਵਾ ਸਾਡਾ ਡਾਇਵਰਸੀਫਿਕੇਸ਼ਨ ਵਾਲਾ ਜਿਹੜਾ ਸਾਡੀ ਗੱਲ ਹੈ ਉਹ ਕਿਹੜੇ ਪਾਸੇ ਨੂੰ ਜਾਊਗੀ ਇਸ ਕਰਕੇ ਸਰਕਾਰ ਨੂੰ ਸਿਹਰ ਦੋਗੇ ਸੋਚਣਾ ਚਾਹੀਦਾ ਅਤੇ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਦੇ ਵਿੱਚ ਕੋਈ ਪਤਾ ਨਹੀਂ ਕੀ ਉਣਤਾਈਆਂ ਨੇ ਚੰਗਾ ਭਲਾ ਬੰਦਾ ਸੀ ਭਗਵੰਤ ਮਾਨ ਅੱਜ ਫੈਸਲੇ ਜਿਹੜੇ ਇੰਨੇ ਕਰਖਤ ਹੋ ਗਏ ਕਿਉਂ ਲਏ ਜਾ ਰਹੇ ਨੇ ਨਾ ਉਹ ਮਜ਼ਦੂਰਾਂ ਦੇ ਹੱਕ 'ਚ ਨੇ ਮਜ਼ਦੂਰਾਂ ਦੀ ਗੱਲ ਕਰਦੀ ਆ ਸਰਕਾਰ ਅਤੇ ਜਿਹੜਾ ਮਜ਼ਦੂਰੀ ਆ 8 ਘੰਟੇ ਚੱਲਦੀ ਆ ਲੇਬਰ ਉਹ 12 ਘੰਟੇ ਦੀ ਕਰਦੀ ਆ 275 ਰੁਪਈਏ ਉਹਦਾ ਰੇਟ ਆ ਅਤੇ ਮੈਨੂੰ ਇਹ ਦੱਸੋ ਮਜ਼ਦੂਰ ਵੀ ਮਾਰਿਆ ਗਿਆ ਅਤੇ ਕਿਸਾਨ ਨੂੰ ਫਸਲ ਦਾ ਰੇਟ ਨਹੀਂ ਮਿਲਿਆ ਉਹ ਮਾਰਿਆ ਗਿਆ ਅਤੇ ਫਿਰ ਸਰਕਾਰ ਕਿਹਦੀ ਆ ਅਸੀਂ ਧਨਾੜ ਲੋਕਾਂ ਦੀ ਕਹਿ ਸਕਦੇ ਹਾਂ ਮਿਲਰ ਦੀ ਕਹਿ ਸਕਦੇ ਹਾਂ ਜਾਂ ਜਿਹੜੇ ਵੱਡੇ ਵੱਡੇ ਲੋਕ ਨੇ ਸੈਲੋ ਵਾਲੇ ਉਹਨਾਂ ਦੀ ਕਹਿ ਸਕਦੇ ਆਮ ਲੋਕਾਂ ਦੀ ਸਰਕਾਰ ਇਹ ਹੁਣ ਰਹੀ ਨਹੀਂ ਸੰਤਰਾਮ ਸਿੰਘ ਜੀ ਕੀ ਲੱਗਦਾ ਕਿ ਹੁਣ ਜਦੋਂ ਕੋਈ ਹੱਲ ਨਹੀਂ ਨਿਕਲਿਆ ਕਿ ਤੁਸੀਂ ਹੁਣ ਰੇਲਵੇ ਲਾਈਨ ਵੱਲ ਨੂੰ ਕੁਝ ਕਰੋਗੇ ਕੀ ਪਲਾਨ ਹੈ ਬਿਲਕੁਲ ਜੀ ਕਿਉਂਕਿ ਸਾਡੀ ਕਮੇਟੀ ਜਿਹੜੀ ਆ ਕਿਸਾਨ ਜਥੇਬੰਦੀ ਦੀ ਉਹ ਬਣੀ ਹੋਈ ਆ ਉਹਨਾਂ ਨੇ ਡਿਸੀਜਨ ਲੈਣਾ ਉਹਦੇ ਵਿੱਚ ਮੈਂ ਕੁਛ ਨਹੀਂ ਵੱਧ ਘੱਟ ਕਰ ਸਕਦਾ ਮੈਂ ਇੱਕ ਸੇਵਾਦਾਰ ਹਾਂ ਇੱਥੇ ਜਿਹੜੀ ਕਮੇਟੀ ਨੇ ਫੈਸਲਾ ਲੈ ਲਿਆ ਉਹਦੇ ਵਿੱਚ ਜੇ ਉਹਨਾਂ ਨੇ ਕਿਹਾ ਟਰੈਕ ਡੱਕਣੇ ਆਪਾਂ ਟਰੈਕ 'ਤੇ ਵੀ ਜਾਵਾਂਗੇ ਰੋਡ ਦਾ ਜਿਹੜਾ ਡੱਕਣ ਦਾ ਸੀ ਪ੍ਰੋਗਰਾਮ ਉਹ ਅਸੀਂ ਸਗੋਂ ਲੇਟ ਕੀਤਾ ਸਰਕਾਰ ਦੇ ਕਹਿਣ ਦੇ ਨਹੀਂ ਤਾਂ ਸਾਡਾ 10 ਵਜੇ ਦਾ ਪ੍ਰੋਗਰਾਮ ਸੀ 1 ਵਜੇ ਤੱਕ ਇਹ ਸੀ ਵੀ ਸਾਡਾ ਨੋਟੀਫਿਕੇਸ਼ਨ ਆ ਜਾਣਾ ਵਾ ਸਿਰਫ ਇੱਕ ਭਗਵੰਤ ਮਾਨ ਦਾ ਟਵੀਟ ਆਇਆ ਜਿਹੜਾ ਵਾ ਉਹ ਨਾ ਵਿਸ਼ਵਾਸ ਕਰਨ ਯੋਗਾ ਨਾ ਹੀ ਉਹ 'ਤੇ ਕੋਈ ਵਿਸ਼ਵਾਸ ਕਰਦਾ ਅੱਜ ਕੱਲ੍ਹ ਜਿੰਨਾ ਚਿਰ ਸਾਡੀਆਂ ਮੰਗਾਂ ਨੋਟੀਫਿਕੇਸ਼ਨ ਦੇ ਰੂਪ ਵਿੱਚ ਨਹੀਂ ਹੁੰਦੀਆਂ ਇਹ ਜਿਹੜੀਆਂ ਚਿਮਣੀਆਂ ਚੱਲਦੀਆਂ ਨਹੀਂ ਜਾਂ ਚੁੰਡੀਆਂ ਚੱਲਦੀਆਂ ਨੇ ਉਹਨਾਂ ਚਿਰ ਸਾਨੂੰ ਕੋਈ ਵਿਸ਼ਵਾਸ ਨਹੀਂ ਪੰਜਾਬ ਸਰਕਾਰ ਦੇ ਉੱਤੇ ਸਤਨਾਮ ਸਿੰਘ ਜੀ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੀਆਂ ਮੰਗਾਂ ਤੁਸੀਂ ਮਨਵਾ ਰਹੇ ਹੋ ਲੋਕ ਵੀ ਟ੍ਰੈਫਿਕ ਜਾਮ ਹੁੰਦਾ ਆ ਪਰੇਸ਼ਾਨ ਹੁੰਦੇ ਨੇ ਅਤੇ ਜੇਕਰ ਕੋਈ ਹੱਲ ਨਹੀਂ ਨਿਕਲਦਾ ਜੇ ਪੁਲਿਸ ਪ੍ਰਸ਼ਾਸਨ ਸਖਤਾਈ ਕਰਦਾ ਤਾਂ ਕਿਸ ਲਈ ਤੁਸੀਂ ਤਿਆਰ ਹੋ ਅਸੀਂ ਤਿਆਰ ਹਾਂ ਜੀ ਡਾਂਗਾ ਖਾਣ ਵਾਸਤੇ ਵੀ ਜੇਲ੍ਹ ਜਾਣ ਵਾਸਤੇ ਵੀ ਜੇ ਅਸੀਂ ਆਮ ਲੋਕਾਂ ਦੇ ਧੀਆਂ ਪੁੱਤ ਸਾਂ ਅਸੀਂ ਝੰਡੇ ਲਾ ਲੈ ਚੜ੍ਹਦੇ ਰਹੇ ਕੋਠਿਆਂ ਦੇ ਉੱਤੇ ਵੀ ਆਰਕਾਂ ਸਮਾਂ ਜਿਹੜਾ ਵਾ ਉਹ ਭਗਵੰਤ ਮਾਨ ਨੂੰ ਦੇਣਾ ਨਵੇਂ ਨੂੰ ਕਿਸੇ
ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਝੰਡੇ ਲਾਉਂਦਿਆਂ ਵੀ ਗਾਲਾਂ ਖਾਧੀਆਂ, ਇਹਨਾਂ ਦਾ ਪ੍ਰਚਾਰ ਕਰਦਿਆਂ ਜੁੱਤੀਆਂ ਖਾਧੀਆਂ, ਅਤੇ ਅੱਜ ਇਹਨਾਂ ਕੋਲੋਂ ਆਪਣੀ ਗੱਲ ਮਨਵਾਉਣ ਵਾਸਤੇ ਇਹਨਾਂ ਦਾ ਵਿਰੋਧ ਵੀ ਚੱਲਣ ਡਏ ਹਾਂ। ਦੂਸਰੀ ਗੱਲ ਤੁਸੀਂ ਵੇਖੋ, ਇੱਥੇ ਬਿਲਕੁਲ ਵਾਰ ਵਾਰ ਸਾਡਾ ਨੁਮਾਇੰਦਾ ਹਰ ਕੋਈ ਬੋਲਦਾ ਵੀ ਐਂਬੂਲੈਂਸ ਜਿਹੜੀ ਆ ਉਹ ਵੀ ਲੰਘਣ ਦਿੱਤੀ ਜਾਵੇ, ਜੇ ਕੋਈ ਸਕੂਲ ਦੀ ਬੱਸ ਆ ਉਹ ਵੀ ਲੰਘਣ ਦਿੱਤੀ ਜਾਵੇ, ਜੇ ਕੋਈ ਏਅਰਪੋਰਟ ਜਾ ਰਿਹਾ ਬੰਦਾ ਸਾਡਾ ਬੱਚਾ ਉਹਨੂੰ ਵੀ ਜਾਣ ਦਿੱਤਾ ਜਾਵੇ। ਈਵਨ ਕਿ ਇੱਥੇ ਹੁਣੇ ਇੱਕ ਬਰਾਤ ਵਾਲੀਆਂ ਗੱਡੀਆਂ ਆਈਆਂ ਸੀ, ਆਪਾਂ ਉਹਨਾਂ ਨੂੰ ਬੜੇ ਸਤਿਕਾਰ ਨਾਲ ਲਗਾਇਆ ਕਿ ਤੁਹਾਡੇ ਕਾਰਜ ਨੇ ਜਿਹੜੇ ਤੁਸੀਂ ਖੁਸ਼ੀ ਦੇ ਕਰ ਰਹੇ ਨੇ, ਕੋਈ ਗਮੀ 'ਤੇ ਜਾ ਰਿਹਾ, ਕੋਈ ਖੁਸ਼ੀ 'ਤੇ ਜਾ ਰਿਹਾ, ਸਾਡਾ ਡੱਕਣ ਦਾ ਕੋਈ ਹੱਲ ਹੀ ਨਹੀਂ, ਇਹਦਾ ਬਗੈਰ ਰਹਿ ਜਾਂਦਾ ਵੀ ਸਰਕਾਰ ਜੋ ਮੰਨਦੀ ਨਹੀਂ ਅਤੇ ਕਰੀਏ ਕੀ। ਜੇ ਇਹਨੇ ਸਾਨੂੰ ਐਡੇ ਜ਼ਾਲਮ ਗਰਦਾਨ ਦਿੱਤਾ ਸਰਕਾਰ ਨੇ ਵੀ ਇਹ ਲੋਕਾਂ ਦੀ ਗੱਲ ਨਹੀਂ ਮੰਨਦੇ ਜਾਣ ਬੁੱਝ ਕੇ, ਤਾਂ ਸਰਕਾਰ ਇਹ ਦੱਸੇ ਵੀ ਜਿਹੜੀ 5 ਨਵੰਬਰ ਦੀ ਗੱਲ ਆ ਅਤੇ ਅੱਜ 1 ਦਸੰਬਰ ਹੋ ਗਿਆ, ਉਹ ਗੱਲ 'ਤੇ ਤੁਸੀਂ ਕਿੱਥੇ ਆਪਣਾ ਸਟੈਂਡ ਕਲੀਅਰ ਕਰਦੇ? ਤੁਸੀਂ ਲੋਕਾਂ ਨੂੰ ਕਲੀਅਰ ਤਾਂ ਦੱਸੋ ਵੀ ਅਸੀਂ ਕਿਸਾਨਾਂ ਦਾ ਵਾਅਦਾ ਕੀ ਕੀਤਾ ਸੀ ਅਤੇ ਵਾਅਦਾ ਵਫਾਈ ਜਿਹੜੀ ਉਹ ਕਿਹੜੇ ਬੰਦੇ ਨੇ ਕੀਤੀ ਹੈ? ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਸਨ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ 2 ਘੰਟੇ ਗੱਲਬਾਤ ਚੱਲਣ ਤੋਂ ਬਾਅਦ ਜਦ ਕੋਈ ਸਿੱਟਾ ਨਹੀਂ ਨਿਕਲਦਾ ਅਤੇ ਉਹਨਾਂ ਵੱਲੋਂ ਸੜਕਾਂ ਜਾਮ ਕੀਤੀਆਂ ਜਾਂਦੀਆਂ ਅਤੇ ਉੱਥੇ ਹੀ ਇਸ ਤੋਂ ਬਾਅਦ ਜੇਕਰ ਹੁਣ ਵੀ ਕੋਈ ਹੱਲ ਨਹੀਂ ਨਿਕਲੇਗਾ ਅਤੇ ਰੇਲਵੇ ਲਾਈਨ ਜਾਮ ਕੀਤੀ ਜਾਏਗੀ, ਉੱਥੇ ਹੀ ਉਹਨਾਂ ਨੇ ਇੱਕ ਸਪਸ਼ਟ ਕਹਿਣਾ ਵੀ ਹੈ ਕਿ ਜੇਕਰ ਪ੍ਰਸ਼ਾਸਨ ਸਖਤੀ ਕਰਦਾ ਤਾਂ ਉਹਨਾਂ ਨੂੰ ਉਹ ਸਾਰਾ ਜਿਹੜੇ ਕਿਸਾਨ ਨੇ ਉਹ ਡਾਂਗਾਂ 'ਤੇ ਜੇਲ੍ਹ ਜਾਣ ਨੂੰ ਵੀ ਤਿਆਰ ਬੈਠੇ ਨੇ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।